ਮਜਲਿਸ ਦੀ ਆਮਦ ਹੈ, ਸਾਰੇ ਮਿਲ ਕੇ ਉੱਚ ਆਵਾਜ਼ ਨਾਲ ਸਲਵਾਤ ਪੜ੍ਹ ਲਓ। ਅੱਲਾਹੁਮਾ ਸੱਲ ਅਲਾ ਮੁਹੰਮਦ ਵਾਲ ਮੁਹੰਮਦ। ਨਾਰਾਏ ਤਕਬੀਰ, ਨਾਰਾਏ ਤਕਬੀਰ ਅਲੀ ਦੇ ਖਾਲਕ ਦਾ ਨਾਮ ਸਾਰੇ ਬਾਵਾਜ਼ੇ ਬੁਲੰਦ ਲਓ। ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਰਿਸਾਲਤ, ਨਾਰਾਏ ਹੈਦਰੀ। ਸਾਰੇ ਹੱਥ ਬੁਲੰਦ ਕਰਕੇ ਹੈਦਰੀ। ਤਖਲੀਕਾਤ ਦੀ ਦੁਨੀਆ ਤੂੰ ਆਇਆ ਆਵਾਜ਼ ਜਲੀਦਾ। ਬਿਸਮਿਲ੍ਲਾ ਬਿਸਮਿਲ੍ਲਾ ਬਿਸਮਿਲ੍ਲਾ। ਤਖਲੀਕਾਤ ਦੀ ਦੁਨੀਆ ਤੂੰ ਆਇਆ ਆਵਾਜ਼ ਜਲੀਦਾ। ਮੇਰਾ ਖਾਨਾ ਜ਼ਾਤ ਜਵਾਂ ਥੀ ਗਏ, ਜਿਹੜਾ ਮਰਕਜ਼ ਮੈਂ ਯਸ਼ਰੀਦਾ। ਇਹਦਾ ਰਿਸ਼ਤਾ ਮੈਂ ਤਜਵੀਜ਼ ਕੀਤਾ, ਮਹਬੂਬ ਆਪਣੇ ਦੀ ਧੀ ਦਾ। ਮੇਰਾਜ ਦਾ ਮਹਾਜ਼ ਬਹਾਨਾ, ਹਾਰੀਆ ਥੀ ਦਾ ਅਕਦ ਅਲੀ ਦਾ। ਮਿਹਰਬਾਨੀ, ਬਿਸਮਿਲ੍ਲਾ ਕਰਾਂ। ਖਾਲਕ ਜਿਸ ਕੋ ਔਜੇ ਕਮਾਲ ਦੇਤਾ ਹੈ, ਖਾਲਕ ਜਿਸ ਕੋ ਔਜੇ ਕਮਾਲ ਦੇਤਾ ਹੈ, ਉਸ ਕੋ ਐਲੀਓ ਬਤੂਲ ਕੀ ਚੌਖਟ ਮੇਂ ਡਾਲ ਦੇਤਾ ਹੈ। ਬਿਸਮਿਲ੍ਲਾ ਕਰਾਂ। ਆਲ ਮੁਹੰਮਦ, ਸਾਦਾਤ ਗੈਰ ਸਾਦਾਤ ਦਾ ਟੁਰਾ ਮਨਜ਼ੂਰ ਮਕਬੂਲ ਹੋਵੇ। ਬਾਨੀ ਮਜਲਿਸ ਮਖਦੂਮ ਸਾਹਿਬ ਦਾ ਪੁਰਸਾ ਬਾਰਗਾਹ ਚ ਮਨਜ਼ੂਰ ਮਕਬੂਲ ਹੋਏ। ਜਿਤਨੇ ਅਜ਼ਾਦਾਰ ਦੂਰ ਦੂਰ ਤੋਂ ਤਸ਼ਰੀਫ ਫਰਮਾਇਓ, ਆਲੇ ਮੁਹੰਮਦ ਤੁਹਾਡਾ ਅਮਲ ਬਾਰਗਾਹ ਚ ਮਨਜ਼ੂਰ ਮਕਬੂਲ ਹੋਵੇ। ਮੇਰੇ ਉੱਤੇ ਮਜਲਿਸ ਨਹੀਂ ਮੁੱਕਣੀ, ਮੇਰੇ ਬਾਅਦ ਹੁਸੈਨ ਦੇ ਸੋਹਣੇ ਸੋਹਣੇ ਮੁਲਕ ਦੇ ਨਾਮਵਰ ਤਸ਼ਰੀਫ ਫਰਮਾਏ। ਕੱਲ੍ਹ ਤੱਕ ਮਜਲਿਸ ਜਾਰੀ ਰਹਿਣੀ ਹੈ। ਆਪਣੇ ਆਪਣੇ ਰੰਗ ਵਿੱਚ ਬਿਆਨ ਕਰੇ ਸੁਣਾਓ ਬਿਸਮਿਲ੍ਲਾ। ਜਿਵੇਂ ਜਿਵੇਂ ਮਦੀਨੇ ਵਾਲਿਆਂ ਅਤਾ ਕੀਤੇ, ਮਜ਼ਲੂਮ ਏ ਕਰਬਲਾ ਜਾਂ ਮਜਲ ਸਾਂ ਸ਼ੁਗਲ ਤਮਾਸ਼ਾ ਮੇਲਾ ਖਾੜਾ ਨਹੀਂ। ਇਹ ਗਰੀਬ ਏ ਕਰਬਲਾ ਦੇ ਕਤਲ ਦੀ ਸੱਥੇ, ਇੱਥੇ ਪਤਾ ਲੱਗਦਾ ਕਾਤਿਲ ਕੌਣ ਏ, ਮਕਤੂਲ ਕੌਣ ਏ, ਜ਼ਾਲਿਮ ਕੌਣ ਏ, ਮਜ਼ਲੂਮ ਕੌਣ ਏ। ਜਿਹੜਾ ਰਸ਼ ਵੇਖਣਾ ਹੈ ਉਹ ਰਸ਼ ਵੇਖ ਵੈਸੀ, ਜਿਹੜਾ ਦੋਸਤਾਂ ਕੋ ਮਿਲਣਾ ਹੈ ਉਹ ਦੋਸਤਾਂ ਕੋ ਮਿਲ ਵੈਸੀ, ਜਿਹੜਾ ਜ਼ਿਕਰ ਸੁਣਨਾ ਹੈ ਉਹ ਜੰਨਤ ਲੈ ਵੈਸੀ। ਸ਼ਾਬਾਸ਼ ਅਲਹਮਦੁਲਿਲਾ।
ਤੁਸੀਂ ਜ਼ਿੰਦਾਬਾਦ, 12ਵੀਂ ਸਰਕਾਰ ਜ਼ਿੰਦਾਬਾਦ, ਮੇਰੇ ਸਰਦਾਰ ਜ਼ਿੰਦਾਬਾਦ। ਮੈਂ ਸਾਦਾ ਤੁਜ਼ਾਮ ਬਿਰਾਵਾਂ ਕੋਲੋਂ ਇਜਾਜ਼ਤ ਲੈ ਕੇ ਚੰਦ ਮਿੰਟ ਮੌਲਾ ਅਲੀ ਦੀ ਤਾਰੀਫ ਹਾਜੀ ਸਾਹਿਬ ਸੁਣਾਉਣਾ ਚਾਹੁੰਦਾ, ਆਪਣਾ ਰਿਜ਼ਕ ਹਲਾਲ ਕਰਨ ਦੀ ਖਾਤਰ। ਕਿਉਂਕਿ ਮੁਹੰਮਦ ਫਰਮਾਉਂਦੇ, ਯਾ ਅਲੀ, ਤੇਰੇ ਨਾਲ ਮੁਹੱਬਤ ਉਹੋ ਰੱਖੀ ਜਿਹੜਾ ਹਲਾਲੀ ਹੋ ਸੀ। ਸ਼ਾਬਾਸ਼ ਸ਼ਾਬਾਸ਼ ਹੈ। ਕਿਉਂਕਿ ਬਹੁਤ ਬੜੀ ਅੱਜ ਖੁਸ਼ੀ ਮਨਾ ਰਹੇ ਹਨ, ਅਤੇ ਖੁਸ਼ੀ ਜੋ ਹੋ ਰਹੀ ਹੈ ਤਾਂ ਸਾਡਾ ਹੀ ਕੁਝ ਹਿੱਸਾ ਹੈ। ਹੈਂ, ਸਾਡੇ 'ਚ ਵੀ ਬੰਦਾ ਪਰੂਥਾ ਮੂੰਹ ਨਾ ਬਣਾ ਪਾਵੇ ਨਾ, ਹੈਂ ਸਾਡੇ ਹੀ ਹੱਕ ਬਣਦਾ। ਫਜ਼ਾਇਲ ਖੁਸ਼ੀ ਨਾਲ ਸੁਣੋ, ਸੱਜੇ ਖੱਬੇ ਨਹੀਂ ਵੇਖਣਾ, ਮੈਂ ਮੌਲਾ ਅਲੀ ਦੀ ਚੰਦ ਮਿੰਟ ਤਾਰੀਫ ਸੁਣਵੈਂਦਾ। ਮੇਰੇ ਬਾਅਦ ਜੀਵੇ ਆਮਿਰ ਅਬਾਸ, ਅਸਦ ਅਬਾਸ ਜੀਵੇ, ਸੈਯਦਜ਼ਾਦਾ ਬਜ਼ੁਰਗ ਵਾਜਬ ਬੋਲੇ ਤਾਂ, ਬਹੁਤ ਬੜਾ ਪਾਕਿਸਤਾਨ ਦਾ ਕਸੀਦੇ ਖਾਨ। ਮੈਂ ਜਿਤਨੀ ਤਾਰੀਫ ਕਰਾਂ ਉਤਨੀ ਥੋੜ੍ਹੀ ਏ। ਇਹ ਪੜਸਨ ਤੇ ਵੀ ਆ ਕੋਈ ਆਪ ਪੜਸੀ, ਉਵੇਂ ਆਦਤ ਕੋਲੋਂ ਬੰਦਾ ਸੱਜੇ ਖੱਬੇ ਦੇਖੇ ਬੈਠਾ ਤਾਂ ਦੇਖੇ ਬੈਠਾ। ਹਾਂ ਕਦਰਦਾਨਾ, ਚਲੀਵਾਂ ਦਿਨ ਮੁਹੰਮਦ ਕੋ ਖੈਬਰ ਚ ਉਭਰੈ, ਸਾਥੀਆਂ ਕੋ ਆਦੇ ਘਬਰਾਓ ਨਹੀਂ, ਕਾਲ ਜਿਹੜਾ ਨੀ ਉਭਰਦਾ ਪਏ ਤੇ ਵੱਤ ਢਲ ਸੀ, ਕਿਲ੍ਹਾ ਕਾਮੂਸ ਦੀ ਚੋਟੀ ਤੇ ਅਲਮੇ ਇਸਲਾਮ ਲਹਿਰਾ ਸੀ। ਸ਼ਾਬਾ ਜਿੰਦਰ ਬਿਸਮਿਲ ਹੈਦਰੀ, ਮੈਂ ਅਲਮ ਉਕੂ ਦੇ ਸਾਂ ਜਿਹੜਾ ਮਰਦ ਹੋ ਸੀ। ਸ਼ਾਬਾਸ਼ ਮੇਰੀ ਹਰ ਚਿਹਰੇ ਤੇ ਨਿਗਾਹ, ਮੈਨੂੰ ਦੇਖ ਬੱਚੜਾ, ਉਹ ਜੀ ਕਿ ਪਿਛਲੇ ਕੋ ਮੈਨੂੰ ਦੇਖ, 12 ਰਬੀਓ ਲਵਾ ਲਏ। ਹਾਂ ਬਿਸਮਿਲ੍ਲਾ, ਮੇਰੀ ਹਰ ਚਿਹਰੇ ਤੇ ਨਿਗਾਹ ਹੈ। 12-17 ਹੈ ਤੇ ਮੁਹੰਮਦ ਦੀ ਆਮਦ, ਜਿੰਦੇ ਰਹੋ ਬਈ, ਮਹੀਨਾ ਤਾਂ ਸਾਰਾ ਨਾ, ਬੜੇ ਬੜੇ ਕਸੀਦੇ, ਲੇਕਿਨ ਚੰਦ ਮਿੰਟ ਮੈਂ ਕੋਈ ਸੁਣੋ। ਇਬਤਦਾ ਜੋ ਹੈ ਤੇ ਪਾਕਿਸਤਾਨ ਦਾ ਮਜਮਾ ਹੈ ਤੇ ਪਾਕਿਸਤਾਨ ਦਾ ਬੜਾ ਜਲਸਾ ਹੈ। ਕਦਰਦਾਨਾ, ਸਰਕਾਰ ਫਰਮਾਇਆ, ਘਬਰਾਓ ਨਹੀਂ, ਕੱਲ੍ਹ ਮੈਂ ਅਲਮ ਉਕੂ ਦੇ ਸਾਂ ਜਿਹੜਾ ਮਰਦ ਹੋ ਸੀ। ਸ਼ਾਬਾਸ਼ ਜਿੰਦੇ ਰਹੋ ਹੈਦਰੀ, ਕੱਲ੍ਹ ਮੈਂ ਅਲਮ ਉਕੂ ਦੇ ਸਾਂ ਜਿਹੜਾ ਮਰਦ ਹੋ ਸੀ। ਤੁਸੀਂ ਜਾਓ ਨਹੀਂ, ਜੋ ਕੋਈ ਲੜਨਾ ਹਾ ਤੁਸੀਂ ਲੜ ਚੁੱਕੇ ਹੋ। ਮਦੀਨੇ ਦਾ ਮੂੰਹ ਕਰਕੇ ਜਾਈ, ਯਾ ਕਹਿਰਲ ਲਦੂਏ ਯਾ ਵਾਲੀਏ ਵਲੀ, ਆਓ ਮੇਰਾ ਜ਼ੋਰ ਕਮਰ ਵੀਰਾਂ, ਇਹਨੂੰ ਮੁਹੰਮਦ ਬੁਲਾਏ, ਇਹਨੂੰ ਸਰਕਾਰ ਫਰਮਾਏ, ਨੌਕਰ ਹਾਜ਼ਰ, ਪਰਦਾ ਹਾਜ਼ਰ, ਕੰਬਰ ਤਲਵਾਰ ਲਾਇਆ, ਮੇਰੀ ਸਵਾਰੀ ਲਾਇਆ। ਹਸਨੈਨ ਦੇ ਨਾਨੇ ਤੇ ਮੁਸ਼ਕਿਲ ਬਣ ਗਈ ਏ, ਮੈਂ ਹਾਂ ਨਬੀਆਂ ਦਾ ਮੁਸ਼ਕਿਲ ਕੁਸ਼ਾ, ਕੰਬਰਾਂ ਦੇ ਮੈਂ ਵੇਦਾ ਰਿਹਾ, ਇਸ ਰਕਾਬ ਤੋਂ ਉਸ ਰਕਾਬ ਤੇ ਮੇਰੇ ਮੁਰਸ਼ਿਦ ਖਤਮ ਕੁਰਾਨ ਕੀਤਾ। ਜਿਹੜੇ ਬੰਦੇ ਸ਼ੱਕ 'ਚ ਬੈਠੋ ਚਾਚਾ ਤਾ, ਤੇ ਜਿਹੜੇ ਚੁੱਪ ਕੀਤੀ ਬੈਠੇ ਨੇ, ਅਗਰ ਇਨਸਾਨੀ ਸ਼ਕਲ 'ਚ ਕੁਰਾਨ ਹੋਵੇ ਹਾਂ ਤਾਂ ਮੌਲਾ ਅਲੀ ਹੋ ਗਿਆ। ਸ਼ਾਬਾਸ਼ ਸ਼ਾਬਾਸ਼ ਹਯਾਤੀ ਹੋ, ਹੱਥ ਬੁਲਾਣ ਕਰ ਗਿਆ ਹੈਦਰੀ, ਸ਼ੁਕਰੀਆ ਜਨਾ, ਬਿਸਮਿਲ੍ਲਾ ਕਰਾਂ। ਇਨਸਾਨੀ ਸ਼ਕਲ ਕੁਰਾਨ ਹੋਵੇ ਹਾਂ, ਮੌਲਾ ਅਲੀ ਹੋਵੇ ਆ। ਸਰਕਾਰ ਫਰਮਾਏ, ਸਵਾਰੀ ਕੋ ਜਲਦੀ ਪਹੁੰਚਾਉਣੀ, ਅਤੇ ਤੇ ਬਲੀ ਦੀ ਸਵਾਰੀਆਂ, ਪਿਛਲੇ ਕਦਮ ਉਸਨ ਮਦੀਨੇ, ਅਗਲੇ ਕਦਮ ਉਸਨ ਕਿਲ੍ਹਾ ਕਾਮੂਸ ਦੀ ਚੋਟੀ ਤੇ। ਮੁਹੰਮਦ ਬੁਲਾਇਆ, ਅਲੀ ਆਇਆ, ਸਹਾਬਾ ਸਮੇਤ ਟੁਰ ਕੇ ਮੁਹੰਮਦ ਲਹਾਇਆ, ਮਲੰਗਾਂ ਦਾ ਮਜਮਾ ਹੱਥ 'ਚ ਹੱਥ ਪਾ ਕੇ ਖੈਮੇ ਲੈ ਗਿਆ। ਭਿਰਾ ਨੇ ਭਿਰਾ ਕੋ ਇਤਨਾ ਸੰਭੜਾਇਆ, ਇਤਨਾ ਸੰਭੜਾਇਆ, ਪਾਕਿਸਤਾਨ ਦਾ ਮਜਮਾ ਇਤਨਾ ਸੰਭੜਾਇਆ ਚਾਚਾ ਜੀ, ਜਿਹੜੇ ਦੂਹੇ ਭਿਰਾ ਹੱਥ 'ਚ ਹੱਥ ਪਾ ਕੇ ਬਹਿ ਰਹੇ, ਪਤਾ ਨਾ ਲੱਗਦਾ ਅਲੀ ਕਿਹੜਾ ਨਬੀ। ਸ਼ਾਬਾ ਸ਼ਾਬਾਸ਼, ਬਿਸਮਿਲ੍ਲਾ ਕਰਾਂ, ਬਿਸਮਿਲ੍ਲਾ ਕਰਾਂ, ਅੱਲਾਹੁ ਅਕਬਰ, ਯਾ ਰਸੂਲੱਲਾਹ, ਸ਼ੁਕਰੀਆ ਜਨਾਬ, ਸ਼ੁਕਰੀਆ ਜਨਾਬ, ਸ਼ੁਕਰੀਆ ਜਨਾਬ। ਮੌਲਾ ਤੁਹਾਨੂੰ ਰੰਗ ਲਾਵੇ। ਬਸ ਸਵਾਰ ਕਰਾਇਆ, ਇੱਕ ਹੱਥ 'ਚ ਘੋੜੇ ਦੀ ਵਾਗ ਏ, ਇੱਕ ਹੱਥ 'ਚ ਤਲਵਾਰ ਏ, ਵਲੀ ਦੀ ਸਵਾਰੀ ਪ੍ਰਵਾਸ ਕੀਤਾ।
ਵਲੀ ਦੀ ਸਵਾਰੀ ਪ੍ਰਵਾਦ ਕੀਤਾ ਹੈ ਨਾਵਾਂ ਕੋਟੇ ਕਿਲ੍ਹਾ ਕਾਮੂਸ ਜਰਨੈਲ ਦਾ ਘਰ ਹੈ ਮਰਹਬ ਦਾ ਘਰ ਹੈ ਹਯਾਤੀ ਹੋਣੇ ਉੱਥਾ ਪਈ ਪੱਥਰ ਦੀ ਪੜੀ ਨਬੀਆਂ ਦੇ ਮੁਸ਼ਕਿਲ ਕੁਸ਼ਾ ਨੇ ਪੱਥਰ ਦੀ ਪੜੀ ਚ ਅਲਾਮੇ ਇਸਲਾਮ ਗਾੜੇ ਅਤੇ ਕਿਨ ਗਏ ਉਹ ਮੁਹੰਮਦ ਦੇ ਸਾਥੀ ਭਜਾਵਾਣ ਵਾਲਾ ਸ਼ਾਬਾਸ਼ ਹਯਾਤੀ ਹੋਣ ਹਯਾਤੀ ਹੋਣ ਮਿਹਰਬਾਨ ਬਿਸਮਿਲ੍ਲਾ ਸ਼ਾਬਾਸ਼ ਕਿਨ ਗਏ ਮੁਹੰਮਦ ਦੇ ਸਾਥੀ ਭਜਾਵਾਣ ਵਾਲਾ ਇਹ ਅਲਾਮੇ ਇਸਲਾਮ ਹੈ ਇਹ ਗਾਜ਼ੀ ਦਾ ਜਿਹੜਾ ਅਲਾਮ ਹੈ ਨਾ ਇਹ ਅਲਾਮੇ ਇਸਲਾਮ ਹੈ ਇਹ ਨਹੀਂ ਵੀ ਸ਼ੀਆ ਲਾ ਸਕਦਾ ਹੈ ਇਹ ਅਲਾਮੇ ਇਸਲਾਮ ਹੈ ਕਦਰਦਾਨੋ ਪਾਕਿਸਤਾਨ ਦਾ ਝੰਡਾ ਇੰਡੀਆ 'ਚ ਨਹੀਂ ਲੱਗ ਸਕਦਾ ਇੰਡੀਆ ਦਾ ਬੰਗਲਾਦੇਸ਼ 'ਚ ਨਹੀਂ ਲੱਗ ਸਕਦਾ ਬੰਗਲਾਦੇਸ਼ ਦਾ ਚੀਨ 'ਚ ਨਹੀਂ ਲੱਗ ਸਕਦਾ ਚੀਨ ਦਾ ਈਰਾਨ 'ਚ ਨਹੀਂ ਲੱਗ ਸਕਦਾ ਈਰਾਨ ਦਾ ਇਰਾਕ 'ਚ ਨਹੀਂ ਲੱਗ ਸਕਦਾ ਇਰਾਕ ਦਾ ਸ਼ਾਮ 'ਚ ਨਹੀਂ ਲੱਗ ਸਕਦਾ ਸ਼ਾਮ ਦਾ ਇਸਰਾਈਲ 'ਚ ਝੰਡਾ ਨਹੀਂ ਲੱਗ ਸਕਦਾ ਇਸਰਾਈਲ ਦਾ ਸਊਦੀਆ 'ਚ ਨਹੀਂ ਲੱਗ ਸਕਦਾ ਸਊਦੀਆ ਦਾ ਝੰਡਾ ਅਮਰੀਕਾ 'ਚ ਨਹੀਂ ਲੱਗ ਸਕਦਾ ਕਿਰਬਾਨ ਪਕੜੇ ਮੋਟਰ 'ਚ ਲਬਾਂ ਡੇਵੇਂ ਕਹਿੰਦੇ ਰਿਸ਼ਤੇਦਾਰ ਗੈਰ ਮੁਲਕ ਹੋਸੈਨ ਕਹਿੰਦਾ ਬਾਪ ਕਹਿੰਦਾ ਭਤੀਜਾ ਕਹਿੰਦਾ ਕਿਵੇਂ ਬੇਸ਼ੱਕ ਪੁੱਛ ਲਓ ਦੁਨੀਆ ਦੇ ਜਾਏ ਮੁਲਕ ਤੇ ਮਕਾਨ ਤੇ ਅਲਾਮੇ ਇਸਲਾਮ ਲਾ ਇਤਰਾਜ਼ ਕਰ ਹੀ ਕੋਈ ਨਹੀਂ ਸਕਦਾ ਸ਼ਾਬਾਸ਼ ਬਿਸਮਿਲ੍ਲਾ ਕਰਾਂ ਕਹਦਾ ਬਿਸਮਿਲ੍ਲਾ ਮਿਹਰਬਾਨੀ ਬਿਸਮਿਲ੍ਲਾ ਮੈਂ ਜੁਮਲਾ ਪੜ੍ਹਿਆ ਜਿਵੇਂ ਨਾਲਾਇਨ ਅਬਾਸ ਆਖ ਗਏ ਕੋਈ ਪੰਜ ਸੱਤ ਮਿੰਟ ਪੜ੍ਹੋ ਸਹੀ ਨਾ ਤਾਂ ਮੇਰੇ ਜਿਗਰ ਬੈਠਣ ਮੈਂ ਤਾਂ ਆਦਰਾਂ ਦੀਆਂ ਸਨਾ ਖਾਨ ਹਾਂ ਬਜ਼ੁਰਗ ਬੈਠਣ ਤੇ ਜਿਉਂਦੇ ਰਹੋ ਭਾਈ ਇਸੇ ਵਾਸਤੇ ਫਰੰਟ ਵਾਲੇ ਸੁਣਦੇ ਬੈਠੋ ਨਾ ਹਾਂ ਬਿਸਮਿਲ੍ਲਾ ਕਰਾਂ ਮੌਲਾ ਤੁਹਾਨੂੰ ਰੰਗ ਲਾਵੇ ਅੱਛੇ ਚਿਹਰੇ ਤਸ਼ਰੀਫ ਫਰਮਾਇਓ ਕਦਰਦਾਨ ਤਸ਼ਰੀਫ ਫਰਮਾਇਓ ਇੱਕ ਵੇਖ ਕੇ ਆਦਨ ਆਮਿਲ ਵਡਾਏ ਪੱਥਰ ਮੋਮ ਕਰ ਦਿੱਤੇ ਦਿੱਲੀ ਦੇ ਰਾਜ ਬੁੱਝਣ ਵਾਲੇ ਇਮਾਮ ਉੱਥੋਂ ਅਲਮ ਪਟ ਕੇ ਬਾਏ ਪੱਥਰ ਚ ਬਾਏ ਪੱਥਰ ਚ ਮਜਲਿਸ ਦੀ ਇਬਤਦਾ ਚ ਹੁਣ ਤੂੰ ਜ਼ਮੀਨ ਪਕੜ ਬਏ ਮੈਂ ਸਦਾ ਬਹਾਰ ਜ਼ਾ ਕਰਾਂ ਰਾਤ ਦੇ ਟਾਏ ਹੋਵੇ ਤੇ ਭਾਵੇਂ ਨਹੂੰ ਦਾ ਟਾਈਮ ਹੋਵੇ ਮੈਂ ਫਜ਼ਾਇਲ ਕਰਾਂ ਤੇ ਤੂੰ ਮੂੰਹ ਘੁੱਟ ਭਾਵੇਂ ਤੂੰ ਇੰਤੇ ਇੰਤੇ ਦੇਖੇ ਤਵੱਜੋ ਸ਼ੀਏ ਤੇ ਭਾਵੇਂ ਸੁਣੀਏ ਹੱਥ ਛੋੜ ਬਏ ਬਚੜਾ ਸ਼ਾਬਾਸ਼ ਹੁਣੇ ਤੂੰ ਨਾਰੇ ਮਰੇ ਦਾ ਰਹਿ ਸਾਵੀ ਪਗੜੀ ਪਾਤੀ ਬੈਠੇ ਇੱਥੇ ਤੂੰ ਮੂੰਹ ਘੁੱਟ ਬੈਠੇ ਤਵੱਜੋ ਤਵੱਜੋ ਕਦਰਦਾਨ ਆਓ ਮੌਲਾ ਤੇ ਕੁਰੰਗ ਲਾਵੇ ਅਲਹਮਦੁਲਿਲਾ ਅੱਛੇ ਚਿਹਰੇ ਤਸ਼ਰੀਫ ਫਰਮਾਇਓ ਕਦਰਦਾਨ ਆਓ ਜਿਹੜੇ ਆਖਿਰ ਆਮਿਲ ਵਡਾਏ ਮੌਲਾ ਨੇ ਉੱਥੋਂ ਅਲਮ ਪਟ ਕੇ ਬਾਏ ਪੱਥਰ ਚ ਬਾਏ ਪੱਥਰ ਚ ਬਾਏ ਪੱਥਰ ਚ ਬਾਏ ਪੱਥਰ ਚ ਜਿਹੜੇ ਸੱਤਵੇਂ ਪੱਥਰ ਚ ਅਲੀ ਅਲਮ ਗਾੜੇ ਮਰਾਬ ਦੌੜਾ ਜਿੱਥੇ ਨਜੂਮੀ ਸੁੱਤਾ ਪਿਆ ਨਜੂਮੀ ਕੁਦੇ ਉੱਠੀ ਜਵਾਨ ਹੈ ਜੇਕੋ ਮੁਹੰਮਦ ਲਹਾਏ ਉਹਦੇ ਕਦਮ ਖੈਬਰ ਦੀ ਜ਼ਮੀਨ ਤੇ ਖੈਬਰ ਜ਼ਮੀਨ ਹਿਲਦੀ ਪਈ ਕਰਾਰ ਨਹੀਂ ਪਕੜਨ ਦੀ ਜ਼ਮੀਨ ਨਹੀਂ ਹਿਲਦੀ ਮੇਰਾ ਹਾਂ ਪਿਆ ਹਲਦਾ ਹੈ ਮੈਂ ਡਰ ਗਿਆ ਜਲਦੀ ਦੱਸਾ ਜਵਾਨ ਕੌਣ ਹੈ ਫਤਿਹ ਕਹਿ ਦੀਏ 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 ਇਹ ਬਾਬਾ ਤੇ ਬੁਲੰਦ ਨਜੂਮੀ ਆਦਾ ਹੀ ਕਿ ਮਾਫੀ ਮੰਗ ਹੀ ਕਿ ਕਲਮਾ ਪੜ ਸ਼ਾਬਾਸ਼ ਸ਼ਾਬਾਸ਼ ਹਯਾਤੀ ਹੋ ਬਿਸਮਿਲ੍ਲਾ ਹੈਦਰੀ ਉਹ ਆਖੇ ਰਲ ਤਾਂ ਨਾ ਗਿਆ ਉਹ ਆਖੇ ਸੈਕੜੇ ਸਾਲ ਉਮਰੇ ਨਜ਼ਰ ਪਾਉਂਦੀ ਨਹੀਂ ਕਹਿੰਦੇ ਨਾ ਰਲ ਗਿਆ ਇਹ ਵਸੀ ਇਸ ਜਾ ਨਸ਼ੀਨ ਇਸ ਇੱਥਾ ਹੀ ਲੱਗਾ ਸੀ ਨੌ ਉਹ ਜਿਵੇਂ ਮੇਰੇ ਨਾਲ ਸੋਜ਼ੀ ਨਹੀਂ ਜੋ ਮੈਂ ਬਲਾ ਹਾ ਕਰਵੇ ਸਾਂ ਬਲਾ ਇੰਤਿਆਵਣ ਦੀ ਕੋਸ਼ਿਸ਼ ਨਾ ਕਰੇ ਨਾ ਤਾਰ ਵਾਧਾ ਘਾਟਾ ਕਰੇ ਇਹ ਮੈਂ ਤਾਂ ਹਾਂ ਬਿਸਮਿਲ੍ਲਾ ਠੀਕ ਹੈ ਵਜੂਦ ਮੇਰਾ ਛੋਟਾ ਲੇਕਿਨ ਮੈਂ ਨਾ ਕੋਈ ਬਲੋਚੀ ਨਾ ਨਾ ਤਾਂ ਬਹਰਹਾਲ ਕਿਉਂਕਿ ਇਹ ਜ਼ਿਕਰ ਹੈ ਬਿਸਮਿਲ੍ਲਾ ਕਰ ਬਿਸਮਿਲ੍ਲਾ ਸ਼ਿਰਾਜ਼ੀ ਕਿਉਂਕਿ ਸ਼ਿਰਾਜ਼ੀ ਹੈ ਮੇਰਾ ਮੁਰਸ਼ਿਦ ਹੈ ਅਤੇ ਉਹਨੂੰ ਮੇਰੇ ਸਰਦਾਰ ਅਤੇ ਮੇਰੇ ਬਿਰਾ ਬੈਠਣ ਬਿਸਮਿਲ੍ਲਾ ਆਹਾ ਅਲਹਮਦੁਲਿਲਾ ਮਾਦੀ ਸ਼ਾਹ ਸ਼ਾਬਾਸ਼ ਬਿਸਮਿਲ੍ਲਾ ਹਾਫਜ਼ਾਬਾਦ ਦਾ ਵੱਡਾ ਮੂਮੈਂਟ ਆ ਗਏ ਉਹਨੂੰ ਚਾਚਾ ਅਤਾ ਹੀ ਬੈਠੇ ਓਏ ਸੁਮਣ ਵਾਲੇ ਸੁਮ ਸੁਮ ਮਰ ਵੇ ਸੋਏ ਸ਼ੇਰ ਜੋ ਬੈਠੇ
जिंदे रहो, अल्हम्दुलिल्लाह जिंदे रहो, जिंदगी दराज हो। नौकर जो हो मौला तुहाडी जिंदगी दराज रखे, अच्छे चेहरे कदरदान तशरीफ फरमायो। ए वसीए जा नशीन इथा ही लगा सी, अजा गल्ला नैन मुक्या सैयदादा हक लइए। अल्लाह अकबर आधे बैठ नहीं अली आया करो ते। शाबाश शाबाश जिंदे हाजरी, शाबाश जिंदे रहो। बचड़े जीवनी बचड़े जीवनी आवे मौला अली जे कदम जमीन ते में जमा जो सिक्के पिराई दीवार जमीन ते जामे दिए। मौला अली दा चेहरा मानत गुल गुलाब दे खिड़े जे सूरज भर दे ते किरण जमीन ते पहुंचे। अक्ल मार के दे कौन मेरे कोट चावन आदा मैं आवा। मौला फरमाए गला न कर, 39 दिन हो रहे हैं मैं हो रहा तो क्यों आंदे मैं अली आप आ गया। शाबाश बिस्मिल्लाह बिस्मिल्लाह हैदरी मेहरबान आप आ गया। खत्म आवे तारफ करा कौन है कहिंदा पुत्र है केड़े खानदान नाल ताल्लुक रखदा है ना के ही। अगले जमाने जंग हो गया वो अपनी तारीफ वो अपनी तारीफ। मौला फरमाए जिंदगी च मैं दो काम किते नहीं, ना मैं तारुफ कराए ना मैं वार किता। पहले तू दस तू कौन है। मरा बात है मेरा बाबा मुनकर मेरा दादा मुनकर मैं मुनकर मेरे साथी मुनकर नौ कोट मैं बनाए मोहम्मद दे साथी मैं दौड़ाए। हजार जवान नाल मैं कल्हा लड़दा मेरी माँ मेरा नाम मरहब रखे यह मेरा तारुफ। मौला फरमाया हूँ मैं क्यों सुन मैं हाशमी खानदान नाल तल्लक रखदा अबू तालिब दा पुत्रा। हर मुल्क मेरा नाम अलहदे कितई अलियादन कितई जलियादन कितई बलियादन। मेरी माँ मेरा नाम हैदर रखा। शाबाश बिस्मिल्लाह 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 बिस्मिल्लाह। मेरी माँ मेरा नाम हैदर रखा है। वहां के तू हैदर है तेरे नाल मैं लड़दा ही नहीं। तू हैदर है तेरे नाल मैं लड़दा ही नहीं। मौला फरमाए लाड़ते भावे न लाड़ बगैर कलमा पढ़ने दे मैं अली ते कुफन्या नहीं दे सा। जागे भाई आधे कोटी मेरे गारी मेरे बन्या नहीं दे से। आधे जात अवे सुनिए सहाबा दी कसम है शिये अली दी अजमत दी कसम है बारह रबीउल अव्वल दी कसम है। जुमला गलत होवे तो गिरबान पकड़े दस कदम ही चाहे जल्दी नाल वापस हल लें। मौला फरमाए वापस क्यों हल लें। आधे हैदर में कुछ समझ नहीं आती मैं चिंते भाई ना मैं कुछ तू नजर आना। नौकर थी शिराजी साहब नौकर शिराजी साहब हैदरी चिंते बहना मैं कु तू नजर आना। मौला फरमाए मन लई तो जा कई कदम चाहे ना सगू फिरा मिल गए किथे जा रहे हैं। वहां के मलकल मौत है वहाँ के कह दस आई वहाँ के माँ दस गई आई वहाँ के माँ तेरी कोई वली आई वहाँ के वली नहीं चंगी है सियाणी है। हूँ हर बंदा न समझे सी अदे सियाणिया मावां दे पुत्तर इस नाल लड़दे नहीं। शाबाश शाबाश इधर हयाती हो ने बंदे का पुत्र बना दो रल के पकड़े ने हैं बस इनकी कंड थपिए इनू वाला है या अली तेरा शिकार वाला है। कदर कदर दानो आ गए हैदर होशियार हो जा। मौला फरमाए मैं गाफिल होंदे ही नहीं। किबला आमिर आबाद जी अद्धा मिनट में सुर लेना अद्धा मिनट जींदे रहो भाई जींदे रहो भाई। मौला रंग लामने कदरदार लोग बैठे वार कर। मौला फरमाए मैं वार किया तो फिर कौन कर सी। जितने फन ने जंग जान दा इस्तेमाल कर मैं अली खड़ोता। शाबाश मलांगा ये वार करें दे रहे हसनैन दे बाबे वेखे नहीं। मौला फरमाए जड़ा थके तड़ा डसे आदम में थक गया। मौला फरमाए कोई हसरती आदम में नेजे तो बड़ा जंग जुआ। मौला फरमाए नेजा लाया मैं अली खड़ोता। इन्हें दवार की सरकार फरमाए अल्लाह अकबर
ਨੇਜ਼ਾ ਕਸਕਾ ਸਵਾਨ ਦਾ ਮੁਕਾ ਦਸ ਮਿੰਟ ਮਰੋ ਸੱਜੇ ਵੇਖੇ ਖੱਬੇ ਵੇਖਿਆ ਜੇ ਯਾਰ ਹੀ ਮੇਰਾ ਕੀਮਤੀ ਨੇਜ਼ਾ ਮੇਰਾ ਨੇਜ਼ਾ ਜ਼ਮੀਨ ਚ ਨਹੀਂ ਆਇਆ ਮਾਲੋ ਫਰਮਾਇਆ ਮੈਂ ਅਲੀ ਆ ਮੇਰਾ ਕੂਚੋ ਮੈਂ ਸਜੂਹੀ ਚੋ ਮੈਂ ਜਿੱਤਿਓ ਮੈਂ ਕੋਈ ਮਦਦ ਮੰਗੇ ਮੈਂ ਖਾਲੀ ਨਾ ਮਨੇਜ਼ਾ ਤੇ ਨੇਜ਼ੇ ਦਾ ਵਾਰ ਕੀਤਾ ਦਰਿਆ ਤੇ ਜਿਹੜਾ ਸੰਸਾਰ ਨੇ ਮਛਲੀ ਤੇ ਵਾਰ ਕੀਤਾ ਮਛਲੀਆ ਜੇ ਯਾ ਅਲੀ ਅਲਹਮਦੁਲਿਲਾ ਅਲੀ ਵਾਰ ਕੀਤਾ ਹੈ ਇਹ ਦੋ ਟੁਕੜਿਆਂ 'ਤੇ ਤਕਸੀਮ ਤੈ ਹੁਣ ਫਰੰਟ 'ਤੇ ਆਵਣ ਦੀ ਕੋਸ਼ਿਸ਼ ਕੋਈ ਨਾ ਕਰੇ ਸੀ ਜਿੱਥੇ ਪਿੱਛੋਂ ਜਾ ਮਿਲਦੀ ਵੰਜੇ ਬਾਂਧੇ ਵੰਜੋ ਨੌਕਰਾਂ ਸੱਤ ਮਿੰਟ ਮੈਂ ਮਸਾਇਬ ਪੜ੍ਹਨਾ ਜੀਂਦੇ ਰਹੋ ਭਾਈ ਸ਼ਾਬਾਸ਼ ਕਿਉਂਕਿ ਮਸਾਇਬ ਤਾਰੇ ਰਮਜ਼ ਅਗਰ ਜਿੱਥਾਂ ਜ਼ਿਹਨ ਗਿਣਵੇ ਸੇ ਜ਼ਰੂਰ ਰੋਸੇ ਸਹੀਦਾਂ ਤੂੰ ਇਜਾਜ਼ਤ ਮੰਗ ਕੇ ਇਹ ਦੋ ਟੁਕੜਿਆਂ 'ਤੇ ਮਲਾਂਗਾ ਤਕਸੀਮ ਤਾਂ ਇਹਦੀ ਭੇਣ ਏ ਜਿਹਦਾ ਨਾਮ ਸਫੀ ਆਏ ਇਹ ਤੜਫਦੇ ਹੋਏ ਬਿਰਾ 'ਤੇ ਆ ਕੇ ਡਹਿ ਪਈ ਅੱਜ ਇਹ ਬਿਰਾ ਸਮਝ ਕੇ ਰੋਂਦੀ ਪਈ ਆ ਮਾਰਾ ਤਾਂ ਕੋਈ ਗੈਰਤਮੰਦ ਸ਼ਾਬਾਸ਼ ਸ਼ਾਬਾਸ਼ ਹਯਾਤੀ ਹੋਵੇ ਤੇਰੇ ਬਚੜੇ ਜੀਵਨ ਕੈਸੇ ਲੋਕ ਮੇਰੇ ਸਾਹਮਣੇ ਬੈਠੇ ਨੇ ਮਾਰਾ ਤਾਂ ਕੋਈ ਗੈਰਤਮੰਦ ਤੇਰੀ ਲਾਸ਼ ਕੋ ਲੁੱਟਾ ਨਿਸ ਉਰਿਆਨ ਨਿਸ ਕੀਤਾ ਬਹੁਤ ਔਖਾ ਜੁਮਲਾ ਹੈ ਜਲਸਾਂ ਦੀ ਜ਼ੀਨਤ ਲੋਕ ਮੇਰੇ ਸਾਹਮਣੇ ਬੈਠੇ ਅਗਰ ਮੈਂ ਖੁਸ਼ਾਮਦ ਹੀ ਕਰਾਂ ਤਾਂ ਮੇਰਾ ਹਲਾਲ ਹੀ ਹੋਵਣ ਦਾ ਸਬੂਤ ਹੈ ਤੂੰ ਜ਼ਿੰਦਾਬਾਦ ਸੈਦ ਏ ਸੈਦਨ ਸਰਕਾਰ ਦੀ ਔਲਾਦ ਚੂ ਹੈ ਇੱਕ ਸਰਕਾਰ ਦਾ ਸਾਥੀ ਏ ਇਹਦੇ ਸਰ 'ਤੇ ਚਾਦਰ ਏ ਕਿ ਬੜਾ ਤੁਸੀਂ ਲਫ਼ਜ਼ ਆਖਿਆ ਪਏ ਇਹਦੇ ਸਰ 'ਤੇ ਚਾਦਰ ਏ ਮੋਤੀ ਜਵਰਾਤ ਜੜੇ ਹਨ ਇਰਾਦਾ ਕੀਤੇ ਮੈਂ ਚਾਦਰ ਉਤਾਰਾ ਅਲੀ ਝਿਣਕ ਦਿੱਤੀ ਹੈ ਖਬਰਦਾਰ ਇਹਦੀ ਚਾਦਰ ਕੋ ਹੱਥ ਨਾ ਲਾਵੇ ਅਤੇ ਮੌਲਾ ਦੁਸ਼ਮਣ ਹੈ ਦੁਸ਼ਮਣ ਦੀ ਭੇੜ ਹੈ ਮੌਲਾ ਫਰਮਾਇਆ ਜੌਨ ਹੈ ਹੇਤ ਮਸਤੂਰ ਸ਼ਾਬਾਸ਼ ਅਲਹਮਦੁਲਿਲਾ ਤੇ ਬਚੜੇ ਜੀਵਨ ਨੌਕਰ ਜੋ ਹਾਂ ਹੀ ਜੀ ਹਈਆ ਹੇ ਤਾਂ ਮਸਤੂਰ ਨੌਕਰ ਜੋ ਹਾਂ ਬਜ਼ੁਰਗ ਜੋ ਹੈ ਹੇ ਤਾਂ ਮਸਤੂਰ ਸ਼ਾਬਾਸ਼ ਰੋਵਣ ਵਾਲਾ ਅਕਲ ਮਾਰ ਕੇ ਅਜੇ ਸਫੀਆ ਰੱਜ ਕੇ ਰੋ ਤੇ ਕੋ ਮਨਾ ਕਰਨ ਵਾਲਾ ਕੋਈ ਨਹੀਂ ਮੇਰਾ ਧੀਆਂ ਦਾ ਨਸੀਬ ਫਿਰਾਵਾਂ ਜਾਂ ਲਾਸ਼ਾਂ ਤੂੰ ਇਵੇਂ ਗੁਜ਼ਰ ਸਨ ਜਿਵੇਂ ਲੱਗਦੀ ਕੁਝ ਨਾ ਹੋਣ ਸ਼ਾਬਾਸ਼ ਤੇਰੇ ਪੁੱਤਰ ਜੀਵਨ ਦੂਰ ਤੋਂ ਮੁਕਾਉਣ ਦੇਵਣਾ ਹੈ ਮੈਂ ਝੋਲੀ ਚਾ ਕੇ ਦੁਆ ਪਿਆ ਕਰਨਾ ਇਜਾਜ਼ਤ ਹੈ ਕਿਬਲਾ ਇਜਾਜ਼ਤ ਹੈ ਬਹੁ ਔਖਾ ਜੁਮਲਾ ਪਿਆ ਸੁਣਵੇ ਨਾ ਕੋਈ ਇੰਤਜ਼ਾਰ ਨਹੀਂ ਜ਼ੁਲ ਜਨਾਹ ਦੌੜ ਦਵਦ ਹੈ ਸਤਾਰਵੇਂ ਕਦਮ ਤੇ ਮਾਂ ਦੂਹੇ ਹੱਥ ਪਾਸੇ ਤੂੰ ਚੈਨ ਸ਼ਾਬਾਸ਼ ਜ਼ੁਲ ਜਨਾਹ ਦੀ ਵਾਗ ਪਕੜ ਕੇ ਆਦੀਏ ਮੇਰੇ ਜ਼ਖਮੀ ਪੁੱਤਰ ਕੋ ਕਿੱਥ ਲਹਾਇਆ ਸ਼ਾਬਾਸ਼ ਜੀ ਸ਼ਾਬਾਸ਼ ਸਰ ਤੇ ਮਾਤਮ ਕਰਨ ਵਾਲਾ ਮੇਰੇ ਬੱਚੜਿਆ ਮੋਏ ਪੁੱਤਰ ਕੋ ਕਿੱਥ ਚਾਚਾ ਸਾਈ ਮੈਂ ਨੌਕਰ ਹਾਂ ਮੈਂ ਕੋਈ ਇੰਤਜ਼ਾਰ ਮੇਰੀਆਂ ਮਾਵਾਂ ਧੀਆਂ ਇਵੇਂ ਰੋਵੋ ਜਿਵੇਂ ਆਲੀਆ ਦੇ ਵਹਿਣ ਆਉਂਦੇ ਹਨ ਤੁਸੀਂ ਇਵੇਂ ਰੋਵੋ ਜਿਵੇਂ ਸੱਜਾਦ ਦੇ ਵਹਿਣ ਆਉਂਦੇ ਹਨ ਦੂਰ ਦੂਰ ਦੇ ਮੁਕਾਣੀਆਂ ਬੈਠੇ ਹੋ ਮੈਂ ਤਾਂ ਕੋਈ ਸਰੀਰ ਸਮਝ ਕੇ ਮੁਕਾਣ ਦੇਣਾ 53 ਮਿੰਟ ਤੋਂ ਬਾਅਦ ਜ਼ੁਲ ਜਨਾਹ ਡਿੱਟੇ ਤੇ ਗਰਮ ਰੇਤ ਤੇ ਪੇਸ਼ਾਨੀ ਰੱਖੀ ਪਏ ਰੋ ਰੋ ਕੇ ਆਦੇ ਮੈਂ ਕੋ ਨ ਮਾਰੋ ਮੈਂ ਕੋ ਅਕਬਰ ਦੀ ਮੌਤ ਖਾ ਗਈ ਸ਼ਾਬਾ ਨਹੀਂ ਕਈ ਬੰਦੇ ਸ਼ਰਮਾਉਂਦੇ ਬੈਠੇ ਰੋਂਦਾ ਹਰ ਬੰਦਾ ਬੈਠਾ ਹੈ ਲੇਕਿਨ ਸ਼ਰਮਾਉਂਦੇ ਬੈਠੇ ਮੈਂ ਕੋ ਅਕਬਰ ਦੀ ਮੌਤ ਸ਼ਾਬਾਸ਼ ਖਾ ਗਈ ਹਯਾਤੀ ਹੋਵੀ ਬਿਸਮਿਲ੍ਲਾ ਕਰਾਂ ਸ਼ਿਰਾਜ਼ੀ ਸਾਹਿਬ ਇੱਥਾ ਬਾਏ ਕੰਡ ਪਿੱਛੋਂ ਨਾ ਬਾਏ ਸ਼ਹੀਦਾਂ ਹੁਸੈਨ ਰੰਗ ਲਾਮਨੇ ਮੈਂ ਲੱਖ ਦਫ਼ਾ ਤੂੰ ਜੀਵੇਂ ਬੱਚੜੇ ਵੀ ਜੀਵਨੀ
ਜੀ 53 ਮਿੰਟ ਤੋਂ ਬਾਅਦ ਜ਼ੀਨ ਤੂੰ ਜ਼ਮੀਨ ਤੇ ਆਏ ਤੈ ਹੈ ਕਰ ਛੋੜੀਏ ਪੱਤਾ ਉਕਵੇ ਜਿਹੜਾ ਆਏ ਸ਼ਾਬਾਸ਼ ਸ਼ਾਬਾਸ਼ ਰੋਵਣ ਵਾਲਾ ਮੈਂ ਨੌਕਰ ਹਾਂ ਖੂ ਕਮਾਰ ਕੇ ਰੋਵਣ ਵਾਲਾ ਮੈਂ ਨੌਕਰ ਹਾਂ ਸਜਦਾ ਦੇ ਕੇ ਆਦੇ ਮੈਂ ਕੋ ਨਾ ਮਾਰੋ ਮੇਰੇ ਨਾਲ ਭੇੜੀ ਹੈ ਉਹ ਮਾਤਮ ਕਰਨ ਵਾਲਾ ਦੂਰ ਦਾ ਆਜ਼ਾਦਾਰ ਉਹ ਵੇਲੇ ਜ਼ੁਲ ਜਨਾ ਜੰਗ ਕੀਤੀ ਅਸਦ ਸ਼ਾਹ 40 ਆਦਮੀ ਕੋ ਸੁੰਭਾ ਤਲੇ ਲਤਾੜ ਲਤਾੜ ਕੇ ਜ਼ੁਲ ਜਨਾ ਗੋਦੀ ਲਈਏ ਚਾੜਾ ਧੀ ਸਦੇਂ ਦੀ ਖੜੀ ਹੈ ਸੈਯਦ ਆਦਾ ਮੈਰੀ ਮੁੱਕ ਗਈ ਹੈ ਸ਼ਾਬਾਸ਼ ਸ਼ਾਬਾਸ਼ ਰੋਮਾਂ ਵਾਲਾ ਵਲ ਜ਼ੁਲ ਜਨਾ ਪਾਸਾ ਲਾਏ ਅਦੇ ਆ ਤੇ ਕੋ ਨਜਫ ਲਾਏ ਚਲਾ ਜੰਨਤ ਉਲ ਬਕੀ ਘਿਨ ਵਨਾ ਮਦੀਨੇ ਤੇ ਕੋ ਘਿਨ ਜੁਲਾ ਸੈਯਦ ਆਦਾ ਇਹ ਪਾਗੀ ਮੇਰੀ ਭੇਣ ਕੋ ਦੇਵੇ ਉਕਵਾ ਕੇ ਸਜਾਦ ਕੋ ਬਧੇ ਸੀ ਸਜਾਦ ਕੋ ਬਧੇ ਸੀ ਮੈਂ ਟੁਰ ਨਾ ਸਕਦਾ ਸ਼ਾਬਾਸ਼ ਅੱਲਾ ਭਾਵੇਂ ਗੱਲ ਸੁਣੋ ਜਾਂਗੇ ਮਰਕਜ਼ੇ ਅੱਪਰ ਦਾ ਕੱਚੀ ਦਾ ਮਗਰਬ ਦਾ ਟਾਈਮ ਹੋਵੇ ਤੇ ਵਹਿੰਦਾ ਪਿਆ ਹੋਵੇ ਘਰ ਅੱਗੂ ਬੱਚੀ ਗਲੀ 'ਚ ਰੋਂਦੀ ਵਧੀ ਹੋਵੇ ਆਖੇ ਆਪਦੇ ਖੁਦਾ ਮੇਰੇ ਨਾਲ ਬਾਬਾ ਹਾਂ ਨੀ ਲਾਹਣ ਵਾਲੇ ਮੇਰਾ ਬਾਬਾ ਕਿ ਨਹੀਂ ਚਲਾ ਗਏ ਅੱਲਾ ਵਾਸਤੇ ਤੂੰ ਧੀਆਂ ਵਾਲਾ ਹੋਸੇ ਮੈਂ ਕੋ ਘਰ ਪੁੱਛੇ ਨੇ ਜੀ ਜੀ ਉਹ ਯਾ ਤੋੜੇ ਤੋਂ ਦੁਸ਼ਮਣ ਦੀ ਧੀ ਹੋਸੀ ਆ ਤੂੰ ਆਖਸੇ ਮੈਂ ਅੱਖਾਂ ਤੇ ਪੱਟੀ ਬਧੇ ਨਾ ਜਿੱਥੇ ਤੇਰਾ ਘਰ ਹੈ ਮੈਂ ਤੇ ਕੋ ਪੁਚਾਉਂਦਾ ਹੈ ਇਵੇਂ ਆ ਮੇਰੇ ਸਰ ਤੇ ਕੁਰਾਨ ਰੱਖੋ ਮਲੰਗਾ ਕਿਹੜਾ ਜੁਰਮਾ ਹੁਸੈਨ ਦੀ ਧੀ ਦਾ ਪੁੱਛਾ ਤਾਂ ਪਿਓ ਦੇ ਇਹੋ ਕੁਝ ਕਿ ਮੈਂ ਹੁਸੈਨ ਦੀ ਧੀ ਹਾਂ ਚਾਚਾ ਇਹੋ ਜਿਹਾ ਪਿਆਰ ਕੀਤੇ ਬੀਬੀ ਝੜ ਪੈ ਗਈ ਅੱਜ ਇਹ ਵੱਤ ਨਾ ਮਾਰੇ ਮੈਂ ਵੱਲ ਨਾ ਪੁੱਛਾ ਸ਼ਾਬਾਸ਼ ਰੋਮਾਂ ਵਾਲਾ ਸ਼ਾਹੀ ਨਹੀਂ ਜਿਵੇਂ ਮੈਂ ਚਾਹੁੰਦਾ ਮਜਲਿਸ ਦਿੱਤੇ ਤਾਂ ਜੀ ਬਾਬਾ ਮਾਜੀ ਸ਼ਾਹ ਮੈਂ ਚਾਹੁੰਦਾ ਇਵੇਂ ਵਹਿਣ ਕਰੋ ਜਿਵੇਂ ਵਹਿਣ ਆਉਂਦੇ ਹਨ ਸਹੀ ਆਜ਼ਾਦੀਆਂ ਦੀ ਸ਼ਰੀਫ ਲੋਕਾਂ ਕੋਈ ਸ਼ਾਇ ਗੱਠੜੀ ਇਵੇਂ ਹਾਂ ਨਾਲ ਲਈ ਵਧੀਏ ਪਿਓ ਦੇ ਨਾਲ ਆ ਕੇ ਬਹਿ ਗਈਏ ਝੋਲੀ ਤਾਂ ਬਹਿ ਨਹੀਂ ਸਕਦੀ ਬਾਬਾ ਜੀ ਮੇਰੇ ਜੁਮਲੇ ਸੁਣੇ ਤਾਂ ਅਮੀਰ ਹੁਸੈਨ ਭੱਟੀ ਦੇ ਨਾਲ ਕਸੀਦੇ ਪੜ੍ਹਨ ਬਜ਼ੁਰਗ ਜ਼ਾਕਰੇ ਬਹਿ ਨਹੀਂ ਸਕਦੀ ਮੌਲਾ ਦੇ ਮਜ਼ਾ ਖਾਨ ਇਵੇਂ ਹੀ ਥੋੜੇ ਜਿਹੇ ਫਾਸਲੇ ਤੇ ਇਵੇਂ ਗੱਡੜੀ ਹਾਂ ਨਾਲ ਲਈ ਬੈਠੀਏ ਸੈਯਦ ਆਦੇ ਇਹ ਜਿਹਾ ਔਖੇ ਵੇਲੇ ਕਿਉਂ ਆਈ ਬੀਬੀ ਆਦੀਏ ਪਾਣੀ ਤਾਂ ਕੋਈ ਨਹੀਂ ਤੇਰੇ ਸਜਦੇ ਦਾ ਟਾਈਮ ਹੈ ਮੈਂ ਮਿੱਟੀ ਲੈ ਆਈ ਹਾਂ ਹਾਂ ਤਈਆ ਮੂਮ ਕਰਕੇ ਸ਼ਾਬਾਸ਼ ਰੋਵਾਂ ਨਾਲ ਅੱਲਾ ਭਾਵੇਂ ਜਿੰਦੇ ਰਹੋ ਬਈ ਤਈਆ ਮੂਮ ਕਰਕੇ ਤੂੰ ਸਜਦਾ ਦੇ ਆਹਾ ਮੈਂ ਵੀ ਸਜਦਾ ਦੇ ਸਾਂ ਉਹ ਮੌਲਾ ਰੰਗ ਲਾ ਬਈ ਇਹਨੂੰ ਹੁਸੈਨ ਤਈਆ ਮੂਮ ਕੀਤਾ ਹੈ ਸ਼ਿਮਰ ਦੇ ਬੱਚੜੇ ਮਰਨ ਇਹ ਖੰਜਰ ਭਵਾਏ ਸ਼ਾਬਾਸ਼ ਖੰਜਰ ਭਵਾਏ ਖੰਜਰ ਸ਼ਿਮਰ ਦੇ ਹੱਥੇ ਤੇ ਨਾ ਪੀਰ ਅਸਰ ਸ਼ਾਹ ਉਮਰ ਜੀਵੇ ਹਾਏ ਹਾਏ ਭੇਣ ਦੇ ਜਿਗਰ ਤੇ ਹਾਂ ਹੱਕਲ ਮਾਰੀਏ ਹੁਸੈਨ ਤੇਰੀ ਜੋਲੀ ਦੂਸਰੀ ਆਵਾਜ਼ ਕਹਿੰਦੀ ਹੈ ਸੈਯਦ ਆਦੇ ਨਜ਼ਦੀਕ ਨਾ ਆਵੇ ਮੈਂ ਕੁਦੀ ਮਿਲਣ ਆ ਸਭ ਜਿਹੜਾ ਕਿ ਧੀ ਮਿਲਣ ਆਈ ਬਗੈਰਾ ਤਦੇ ਔਖੇ ਵੇਲੇ ਧੀ ਕਿਉਂ ਛੱਡਾਈ ਇਤਨੇ ਰਾਸ਼ੀ ਧੀ ਕਿਉਂ ਛੱਡਾਈ ਸੈਯਦ ਆਦੇ ਤੇਰੀ ਔਲਾਦ ਕੋਈ ਨਹੀਂ ਜਿਹੜਾ ਪਿਊਆਂ ਤੇ ਦੁੱਖ ਬਣ ਵਾਂਜੇ ਧੀਆਂ ਕੋ ਛੱਡਾ ਨਹੀਂ ਵੇਂਦਾ ਆਪੇ ਆ ਵਾਂਜੇ ਸ਼ਾਬਾਸ਼ ਰੋਵਣ ਵਾਲਾ ਅਦੇ ਤੂੰ ਉੱਠੇ ਨੇ ਉਹ ਅੱਗੋਂ ਬਹਿ ਕੇ ਰੋਵਣ ਵਾਲਾ ਜਾਂ ਮੈਂ ਉੱਠਾ ਵਾਂ ਅਦੇ ਨਜ਼ਦੀਕ ਨਾਵੇਂ ਅੱਲਾ ਦਾ ਅਰਸ਼ ਹੱਲ ਹੋਏ ਸੀ ਸਰ ਚੁੰਮ ਕੇ ਅਦੇ ਵੱਲ ਵੰਜ ਸ਼ਿਮਰ ਆ ਗਏ ਉੱਠੀ ਖੜੀਏ ਛੋਟੇ ਛੋਟੇ ਹੱਥ ਬੰਨ ਕੇ ਅਦੇ ਬਾਬਾ ਤੂੰ ਮੇਰਾ ਪਿਊਏ ਇਹ ਤੇਰਾ ਕਾਤਿਲ ਏ ਮੈਂ ਤੇ ਕੋ ਕਿਵੇਂ ਕੱਲਾ ਛੋੜ ਕੇ ਵੰਜਾ ਸੈਯਦ ਆਦੇ ਇਹ ਖੰਜਰ ਮਰੇ ਸੀ ਤੂੰ ਮੇਰੇ ਗੱਲ ਤੇ ਗੱਲ ਰੱਖਸੇ ਇਹ ਜ਼ੁਲਮ ਕਰੇ ਸੀ ਮੈਂ ਤੜਫ ਸਾਦੀ ਤੇਰੀ ਮਾਮਾ ਦੀ ਕਸਮ ਹੈ ਮੈਂ ਟਿੱਬੇ ਤੇ ਬਾਂਧੀ ਹਾਂ ਇਹ ਖੰਜਰ ਮਰੇਂਦਾ ਰਹਾ ਸੀ ਮੈਂ ਜ਼ਰਬਾ ਗਿਣਦੀ ਰਹਾ ਸੀ ਜਿਹੜੇ ਮਾਰ ਕੇ ਟੁਰ ਵੇ ਸੀ ਮੈਂ ਤੇਰੀ ਲਾਸ਼ ਤੇ ਵਾਲ ਖੁੱਲੇ ਸਨ ਜੀ ਜੀ ਆਖਾਂ ਜੀ ਜੀ ਉਹ ਜਵਾਨੀ ਰਜਮਾਣੇ
ਮੌਲਾ ਦਾ ਜ਼ਵਾਰਾ ਮਜਲਿਸ ਇਬਤਦਾ ਹੱਥ ਬਦੀ ਕਰਾਂ ਜਿਹੜਾ ਕੁਰਬਾਨੀਆਂ ਕਰਾਂ ਦੇ ਉਲਮਾਵਾਂ ਤੁਸੀਂ ਬੇਦੀ ਤਰਤੀ ਪੁੱਛਦੇ ਹੋ ਉਲਮਾ ਦਿਨ ਪਾਣੀ ਪਿਵਾਏ ਜਿਤਨਾ ਵਸ ਲਗੀ ਚਿਣ ਤੂੰ ਛਪਾ ਕਜ਼ਬਾ ਕਰੇ ਚਾਚਾ ਤਈ ਮੈਂ ਕੋਈ ਵੇਲੇ ਦੀ ਕਸਮ ਹੈ ਸੱਤਾ ਕਦਮਾਂ ਤੇ ਧੀਵੇ ਦੀ ਰਹੀ ਸ਼ਿਮਰ ਕੋਹਦਾਰੀ ਪਹਿਲੀ ਤਰਫ ਚੱਲੀਏ ਮਾਸੂਮਾ ਨੱਜਾ ਦੋਵੇ ਕਹਿਣਾ ਡਾਲੀ ਪੋਤਰੀ ਲੁਟੀਂਦੀ ਪਈ ਆਈ ਆ ਜਵਾਨ ਅਮਰੰਗਾ ਦੂਜੀ ਤਰਫ ਚੱਲੀਏ ਦੇ ਕੁਰਾਨ ਰੱਖ ਕੋਈ ਨੀ ਮਨੇਦਾ ਤੀਜੀ ਤਰਫ ਚੱਲੀਏ ਮਾਸੂਮਾ ਟਿਬੇ ਤੂੰ ਲੱਥੀ ਆਈ ਚੌਥੀ ਤਰਫ ਚੱਲੀਏ ਮਾਸੂਮਾ ਬਾਲ ਖੋਲੇ ਪੰਜਵੀਂ ਤਰਫ ਚੱਲੀਏ ਮਾਸੂਮਾ ਸਰ ਖਾਕ ਨਲਾਈ ਉਹ ਮਾਤਮ ਕਰਨ ਵਾਲਾ ਛੇਵੀਂ ਤਰਫ ਚੱਲੀਏ ਮਾਸੂਮਾ ਮਕਤਲ ਤੋਂ ਦੌੜੀ ਆਈ ਹੱਕਲ ਮਾਰ ਗਿਆ ਜੇ ਚਾਚਾ ਗਾਦੀ ਅਕਬਰ ਬਿਰਾ ਵੇਦੇ ਪਿਓ ਸ਼ਿਵਰ ਮੇਰੇ ਬਾਬੇ ਕੋ ਬਿ ਸ਼ਾਬਾਸ਼ ਹੌਸਲਾ ਹੌਸਲਾ ਮੂੰਹ ਤੇ ਮਾਤਮ ਕਰਨ ਵਾਲਾ ਜੀ ਜੀ ਹਯਾਤੀ ਹੋਵੀ ਅਲਹਮਦੁਲਿਲਾ ਸੈਯਦ ਗੈਰ ਸੈਯਦ ਬੈਠ ਸ਼ਾਹ ਜੀ ਸੁਲਤਾਨ ਨਾਲ ਨਿਭਾਈ ਵੇ ਇਹ ਮੈਂ ਜੁਮਲਾ ਵੱਡਿਆ ਖਾਂ ਸਾਹਿਬ ਤੂੰ ਸੁਣਾ ਅਲੀ ਹੁਸੈਨ ਦੇ ਚਾਚੇ ਤੂੰ ਜਿਹੜਾ ਤੂਫਾਨ ਗਮ ਆ ਮੈਂ ਦਿਸ਼ਾ ਮੈਂ ਅੱਗੂ ਬੈਠਾ ਇਹੋ ਜੁਮਲਾ ਪੜਾਇਆ ਇਸ ਮਜਲਿਸ ਮੁੱਕ ਗਈ ਮੈਂ ਕਿਹਾ ਜਿਤਨੇ ਬਹਾਦਰ ਜਵਾਨ ਹੋਵੇ ਦੁੱਖ ਵੇਣ ਵੇਲੇ ਮਾਂ ਯਾਦ ਆਵੀ ਜਿਹੜੇ ਵੇਲੇ ਸੱਤਵੀਂ ਜ਼ਰਬ ਚੱਲੀਏ ਹੁਸੈਨ ਮਦੀਨੇ ਦਾ ਮੂੰਹ ਗੀਤੇ ਅੱਕਲ ਮਾਰ ਗਿਆ ਦੇ ਅੰਮਾ ਜ਼ਹਰਾ ਅੰਮਾ ਜ਼ਹਰਾ ਤੇਰਾ ਪਾਸਾ ਨਹੀਂ ਲੜੀ ਜਾ ਜਾ ਜ਼ਖਮੀ ਆਈ ਹਾਜ ਸਾਹਿਬ ਇਹਦੇ ਸ਼ਾਬਾਸ਼ ਜੀ ਸੈਯਦਾ ਦੇ ਮਤਾਖ ਆ ਪੁੱਤਰ ਭਾਵੇਂ 50 ਸਾਲ ਦਾ ਹੋਵੇ ਭਾਵੇਂ 80 ਦਾ ਹੋਵੇ ਭਾਵੇਂ 18 ਦਾ ਹੋਵੇ ਦੁੱਖ ਵੇਣ ਵਜੋਂ ਵੇਲੇ ਮਾਂ ਯਾਦ ਆਉਂਦੀ ਹੈ ਜਿਹੜੇ ਵੇਲੇ ਸੱਤਵੀਂ ਜ਼ਰਬ ਚੱਲੀਏ ਹੁਸੈਨ ਮਦੀਨੇ ਦਾ ਮੂੰਹ ਗੀਤੇ ਅਦੇ ਅੰਮਾ ਵਾ ਤੇਰਾ ਪਾਸਾ ਜ਼ਖਮੀ ਆ ਮੇਰੀ ਚਾਚੀ ਜੀ ਅਦੇ ਅੰਮਾ ਮਾਤਮ ਕਿਉਂ ਨਾ ਕਰੇਂਦਾ ਅਦੇ ਅੰਮਾ ਵਾ ਤੇਰਾ ਪਾਸਾ ਜ਼ਖਮੀ ਆ ਜੀ ਮੇਰੀ ਜਹਾਜਾ ਜ਼ਖਮੀ ਆਈ ਬਹੁਤਾ ਖਦਮ ਲਾਏ ਬਹੁਤਾ ਖਤਮ ਲੈ ਕਿਮਲਾ ਸਰਕਾਰ ਅੱਲਾ ਭਾਵੇਂ ਬੱਚੜੇ ਜੀਵ ਨੇ ਜਿਹੜੇ ਵੇਲੇ 8ਵੀਂ ਜ਼ਰਬ ਚੱਲੀ ਹੈ ਦੁਆ ਮੰਗੀ ਕਰ 9 ਪੁੱਤਰਾਂ ਨੇ ਇੱਕ ਧੀ ਜ਼ਰੂਰ ਹੋਵੀ ਪੁੱਤਰ ਜਾਇਦਾਦ ਦੇ ਵਾਰਸ ਧੀ ਮਈਆ ਦੀ ਵਾਰਸ ਜਿਹੜਾ ਪਿਉ ਤੇ ਮੌਤ ਆ ਵਣੇ ਮਾਂ ਸਮਵੈਂਦੀ ਹੈ ਭੇੜੀ ਸਮਵੈਂਦੀ ਧੀ ਕੋ ਨਿਦਰ ਨਹੀਂ ਆਦ ਸਾਰੀ ਰਾਤ ਪਿਉ ਤੇ ਮਈਆ ਦਾ ਪਾਵਾ ਪਕੜੀ ਬੈਠੀ ਰਾਜੀ ਅਜੇ ਬਾਬਾ ਤੇਰੇ ਵਾ ਤੇਰੇ ਪੁੱਤਰਾਂ ਦੀ ਮਰਜ਼ੀ ਮੈਂ ਕੋਈ ਜਾਣੇ ਜਾਂ ਨਾ ਜਾਣ ਆ ਮਾਤਮ ਕਰਨ ਵਾਲਾ ਸ਼ਿਮਰ ਦੇ ਬੱਚੜੇ ਮਰ ਰਹੇ ਹੁਸੈਨ ਕੋ ਤੂੰ ਪਕੜੇ ਸੀ ਜਿੱਥਾ ਮਾਂ ਕੰਘੀ ਨੇ ਜਿੰਤੇ ਪਿਉ ਦਾ ਕਾਤਲ ਵੈਂਦੇ ਬੱਚੀ ਝੋਲੀ ਫੈਲਾਈ ਵਧੀਏ ਆਦੀ ਵਧੀਏ ਤੇ ਕੁਹਣ ਤਾਂ ਮਿਲ ਜਾਗੀ ਨਹੀਂ ਡਿਟਮੈਂਟ ਡਿਟਮੈਂਟ ਮੌਜੇ ਦੀ ਮਜਲਿਸ ਸੁਣ ਕੁਕਾ ਜੀ ਨਹੀਂ ਮੈਂ ਦਿਸ਼ਾ ਮਜਲਿਸ ਕੋ ਮੁੱਕ ਗਈ ਏ ਜਾਂ ਮੈਂ ਉੱਥੇ ਮੁੱਕਣੀ ਏ ਹੁਣ ਰੋਣੇ ਤਰੇ ਇੱਕ ਹੱਥ ਚ ਬੇਵਤਨ ਦਾ ਸਰ ਬਾਏ ਹੱਥ ਚ ਖੰਜਰ ਇਹਦੇ ਬੱਚੜੇ ਮਰਨ ਉੱਥੋਂ ਲੰਘਿਆ ਜਿੱਤਾਂ ਭੇਣੀ ਦੇਦੀਆਂ ਸੈਯਦਾ ਦਾ ਗਾਜ਼ੀ ਦੇ ਸੀਨੇ ਤੇ ਸਰ ਰੱਖਿਆ ਤੇ ਨਿੰਦਰਾ ਗਈ ਆਈ ਏ ਭੇਣ ਦੀ ਚਾਦਰੀ ਹਾਏ ਹਾਏ ਇਹਨੇ ਇੱਕ ਸਰਦਾਰ ਦਾ ਸਾਰੀ ਆਦੇ ਭੇਣ ਬਿਰਾਵਾਂ ਦੀ ਚੁੱਪ ਖਾ ਗਈ ਉਹ ਮਾਤਮੀ ਉਹ ਪਾਕਿਸਤਾਨ ਦਾ ਮਜਮਾ ਮੌਲਾ ਦੇ ਮਿੰਬਰ ਦੀ ਕਸਮ ਜਿਹੜੇ ਸਰ ਰੱਖੇ ਮਰ ਜਾ ਸੇ ਸੈਯਦ ਮੈਂ ਕੋਈ ਜਾ ਜਾ ਤੇ ਮੌਲਾ ਦਾ ਜ਼ਵਾਰਾ ਮਜਲਿਸ ਇਬਤਦਾ ਦੁਆ ਪਿਆ ਮੰਗਦਾ ਉਹ ਘਰ ਚ ਲੁੱਟ ਨਾ ਪੋਵੇ ਜਿੱਥੇ ਮਰਦ ਨਾ ਹੋਵੇ ਸ਼ਿਮੇਰਾ ਦਾ ਲੁੱਟਾ ਇਹਨਾਂ ਦਾ ਕੋਈ ਨਹੀਂ ਰਿਹਾ ਇਹਨੂੰ ਫੌਜ ਦੌੜੀਏ ਇਹਨੂੰ ਅਲੀ ਦੀ ਕੁਰਾਨ ਚਾਇਆ
ਹੈ ਬੀਬੀਆਂ ਦੇ ਸੁਲਤਾਨ ਵਫਾ ਦੀ ਨਗਰੀ ਦਾ ਪਈ ਪੁੱਛਦੀ ਆਈ ਬੇੜ ਸਲਾਏ ਆਸ਼ ਮਰ ਗਈ ਆਏ